ਸਸਕਾਲ ਜੀ ਸਾਰਿਆਂ ਨੂੰ ਮੈਂ ਜੋਗਨ ਗਿੱਲ ਰਾਜਨੀਤਿਕ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਅੱਜ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਟੌਪਿਕ ਬਾਰੇ ਜਿਹੜਾ ਜੀ ਉਹ ਨੌਲੇਜ ਦੇਣ ਜਾ ਰਹੇ ਹਾਂ ਬਹੁਤ ਜਿਹੜਾ ਇੱਕ ਪੇਚੀਦਾ ਮਸਲਾ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਬਣਿਆ ਹੋਇਆ ਜੀ ਰਿਗਾਰਡਿੰਗ ਕੈਨੇਡਾ ਇਮੀਗ੍ਰੇਸ਼ਨ ਸਪਾਊਸਲ ਓਪਨ ਵਰਕ ਪਰਮਿਟ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਧੋਖਾਧੜੀ ਹੋ ਰਹੀ ਹੈ ਕੁੜੀਆਂ ਨਾਲ ਜਾਂ ਮੁੰਡਿਆਂ ਨਾਲ ਐਂਡ ਸਪਾਊਸਲ ਓਪਨ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ ਉਹ ਸਾਰਾ ਕੁਛ ਇਸ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਇਨ ਕੇਸ ਤੁਸੀਂ ਕੋਈ ਕਿਸੇ ਨਾ ਕਿਸੇ ਐਸੇ ਫਰੋਡ ਦਾ ਸ਼ਿਕਾਰ ਹੋ ਗਏ ਹੋ ਤੁਸੀਂ ਤੁਹਾਡਾ ਸਪਾਊਸ ਹੈ ਜਿਹੜਾ ਜੀ ਉਹ ਕੈਨੇਡਾ ਗਿਆ ਅਤੇ ਉਹਨੇ ਆਪਣਾ ਤੁਹਾਨੂੰ ਸੱਦਿਆ ਨਹੀਂ ਹੈ ਅਤੇ ਉਹ ਹੁਣ ਵਿਦਆਊਟ ਯੂਨੋ ਤੁਹਾਡੇ ਤੁਹਾਨੂੰ ਫੋਨ ਨਹੀਂ ਕਰਦਾ ਜਾਂ ਤੁਹਾਡੇ ਕਹਿਣੇ 'ਚ ਨਹੀਂ ਆ ਐਂਡ ਉਹ ਇੱਥੇ ਆਣ ਕੇ ਆਪਣਾ ਉਹਨਾਂ ਨੇ ਨਵਾਂ ਕੋਈ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਬਣਾ ਲਈ ਹੈ ਐਂਡ ਦੇ ਡੋਂਟ ਵਾਂਟ ਕਿ ਤੁਸੀਂ ਹੁਣ ਕੈਨੇਡਾ ਦੇ ਵਿੱਚ ਆਓ ਉਹਦੇ ਕੀ ਆਪਸ਼ਨ ਨੇ ਤੁਹਾਡੇ ਕੋਲ ਕੀ ਰੈਮਡੀਜ਼ ਕੀ ਇਲਾਜ ਇਸ ਚੀਜ਼ ਦੇ ਅਵੇਲੇਬਲ ਨੇ ਤੁਸੀਂ ਕਿਸ ਤਰ੍ਹਾਂ ਰਿਪੋਰਟ ਜਿਹੜਾ ਫਰੋਡ ਹੈ ਰਿਪੋਰਟ ਕਰ ਸਕਦੇ ਹੋ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਇਹ ਤੁਹਾਨੂੰ ਦੱਸਿਆ ਜਾਏਗਾ ਇਸ ਵੀਡੀਓ ਦੇ ਵਿੱਚ ਨੈਕਸਟ ਜੇ ਤੁਹਾਡੇ ਨਾਲ ਐਕਚੁਅਲ 'ਚ ਕੋਈ ਨਾ ਕੋਈ ਯੂਨੋ ਤੁਹਾਡੇ ਨਾਲ ਕੋਈ ਧੱਕਾ ਹੋਇਆ ਹੈ ਇੰਡੀਆ ਦੇ ਵਿੱਚ ਜਦੋਂ ਤੁਸੀਂ ਵਿਆਹ ਕੀਤਾ ਉਦੋਂ ਤੁਹਾਡੇ ਨਾਲ ਜਿਹੜੀ ਆ ਜੀ ਜੇ ਤੁਸੀਂ ਕੈਨੇਡਾ ਆ ਗਏ ਹੋ ਪਰ ਤੁਸੀਂ ਇੰਡੀਆ ਦੇ ਵਿੱਚ ਜਦੋਂ ਸੀਗੇ ਉਦੋਂ ਤੁਹਾਡੀਆਂ ਕੰਡੀਸ਼ਨਸ ਹੋਰ ਸੀਗੇ ਤੁਸੀਂ ਵਿਆਹ ਨਹੀਂ ਸੀ ਕਰਨਾ ਚਾਹੁੰਦੇ ਕਿਸੇ ਦੇ ਪ੍ਰੈਸ਼ਰ ਅੰਡਰ ਆਣ ਕੇ ਕੀਤਾ ਵਿਆਹ ਇਹ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਸੀਗਾ ਤੁਹਾਡੇ ਜਿਹੜੇ ਇਨ-ਲਾਜ ਉਹਨਾਂ ਨੂੰ ਵੀ ਪਤਾ ਸੀਗਾ ਜੇ ਤੁਸੀਂ ਉਸ ਵੇਸ 'ਚ ਸ਼ਿਕਾਰ ਹੋਏ ਹੋ ਇਸ ਚੀਜ਼ ਦਾ ਫਿਰ ਵੀ ਅਸੀਂ ਤੁਹਾਡੀ ਹੈਲਪ ਕਰਨ ਲਈ ਇੱਥੇ ਰੈਡੀ ਬੈਠੇ ਹਾਂ ਜੀ ਤੁਹਾਡਾ ਕੇਸ ਟੂ ਕੇਸ ਇਹ ਵੇਰੀ ਚੀਜ਼ਾਂ ਕਰਦੀਆਂ ਜੀ ਸੋ ਇਹ ਵੀਡੀਓ ਸਾਰੀ ਵੇਖਿਓ ਉਸ ਤੋਂ ਪਹਿਲਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਰੈਗੂਲਰ ਜਿਹੜੀਆਂ ਅਪਡੇਟ ਆਉਂਦੀਆਂ ਨੇ ਸਪੈਸ਼ਲੀ ਸਪਾਊਸ ਕੇਸਿਸ ਦੇ ਵਿੱਚ ਐਂਡ ਸਟੱਡੀ ਵੀਜ਼ਾ ਕੇਸਿਸ ਦੇ ਵਿੱਚ ਰੈਗੂਲਰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਰਿਫਿਊਜੀ ਕੇਸਿਸ ਪਰਮਨੈਂਟ ਰੈਜੀਡੈਂਸੀ ਕੇਸਿਸ ਐਕਸਪ੍ਰੈਸ ਐਂਟਰੀ PNP AIPP ਸਾਰੇ ਤਰ੍ਹਾਂ ਦੀਆਂ ਕੈਟੇਗਰੀਜ਼ ਦੇ ਵਿੱਚ ਅਸੀਂ ਮੋਸਟਲੀ ਡੀਲ ਕਰਦੇ ਹਾਂ ਐਂਡ ਸਾਡਾ ਇੱਕ ਹੀ ਜਿਹੜਾ ਮੋਟੋ ਹੁੰਦਾ ਹੈ ਕਿ ਕਲਾਇੰਟ ਦੀ ਪ੍ਰੋਬਲਮ ਸਮਝ ਕੇ ਉਸਨੂੰ ਇੱਕ ਵਧੀਆ ਤਰੀਕੇ ਨਾਲ ਫਾਈਲ ਨੂੰ ਜਿਹੜਾ ਜੀ ਉਹ ਸਬਮਿਸ਼ਨ ਕੀਤੀ ਜਾਵੇ ਤਾਂ ਕਿ ਜਿਹੜਾ ਤੁਹਾਡਾ ਵੀਜ਼ਾ ਅਤੇ ਜਾਂ ਜਿਹੜੀ ਤੁਹਾਡੀ ਮੁਸ਼ਕਲ ਹੈ ਉਹਦਾ ਤੁਹਾਨੂੰ ਹੱਲ ਲੱਭ ਕੇ ਦਿੱਤਾ ਜਾਵੇ ਸੋ ਲੈਟਸ ਸਟਾਰਟ ਗੱਲ ਕਰਦੇ ਹਾਂ ਜੀ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਸਪਾਊਸਲ ਓਪਨ ਵਰਕ ਪਰਮਿਟ ਦੇ ਵਿੱਚ ਧਾਂਦਲੀ ਚੱਲਦੀ ਹੈ ਇੰਡੀਆ ਦੇ ਵਿੱਚ ਕੀ ਹੁੰਦਾ ਕਿ ਜੇ ਕਿਸੇ ਵੀ ਲੜਕੀ ਦੇ ਬੈਂਡ 6, 6.5 ਆ ਜਾਂਦੇ ਆ ਤਾਂ ਨਾਲ ਦੀ ਨਾਲ ਹੀ ਉਹਨੂੰ ਘਰਦਿਆਂ ਵੱਲੋਂ ਦਬਾਅ ਪਾਇਆ ਜਾਂਦਾ ਕਿ ਤੁਸੀਂ ਕਈ ਵਾਰੀ ਕਹਿੰਦਾ ਬੈਂਡ ਆ ਜਾਂਦੇ ਆ ਪਰ ਕੁੜੀਆਂ ਦੇ ਐਂਡ ਈਵਨ ਕਈ ਵਾਰੀ ਮੁੰਡਿਆਂ ਦੇ ਪਰ ਮੁੰਡਿਆਂ ਦੀ ਜਿਹੜੀ ਰੇਸ਼ੀਓ ਬਹੁਤ ਘੱਟ ਹੈ ਕੁੜੀਆਂ ਦੀ ਰੇਸ਼ੀਓ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਉਹਦੇ ਵਿੱਚ ਜਿਹੜੇ ਪੈਸੇ ਆ ਉਹ ਮੁੰਡੇ ਵਾਲੇ ਕਹਿੰਦੇ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਲਾਵਾਂਗੇ ਸਾਰਾ ਖਰਚਾ ਸਾਡਾ ਅਤੇ ਕੁੜੀ ਤੁਹਾਡੀ ਅਸੀਂ ਬਾਹਰ ਘੱਲਾਂਗੇ ਸ਼ਰਤ ਕੀ ਹੈ ਕਿ ਸਾਡਾ ਮੁੰਡਾ ਵੀ ਨਾਲ ਲੈ ਕੇ ਜਾਏਗੀ ਆਫਟਰ 4 ਮੰਥ 6 ਮੰਥ ਸੋ ਪਹਿਲੀ ਗੱਲ ਇਹ ਹੁੰਦੀ ਹੈ ਜੀ ਮੈਰਿਜ ਆਫ ਕਨਵੀਨੀਅੰਸ ਇਹ ਕੱਲ੍ਹ ਅਸੀਂ ਇੰਟਰਵਿਊ ਕੀਤੀ ਸੀਗੀ ਜੀ ਟੀ ਵੀ ਦੇ ਉੱਤੇ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਫੋਨ ਇੰਡੀਆ ਤੋਂ ਆ ਰਹੇ ਨੇ ਬਹੁਤ ਸਾਰੇ ਫੋਨਾਂ ਦੇ ਵਿੱਚ ਬਹੁਤ ਸਾਰੇ ਬੰਦਿਆਂ ਨਾਲ ਇਹ ਚੀਜ਼ ਆਲਰੇਡੀ ਹੋ ਚੁੱਕੀ ਆ ਸੋ ਅਸੀਂ ਮੈਂ ਡਿਸਾਈਡ ਕੀਤਾ ਕਿ ਇਹਦੇ ਉੱਤੇ ਇੱਕ ਪ੍ਰੋਪਰ ਵੀਡੀਓ ਬਣਾਈ ਜਾਵੇ ਤਾਂ ਕਿ ਤੁਸੀਂ ਜੇ ਇਸ ਚੀਜ਼ ਦਾ ਸ਼ਿਕਾਰ ਹੋਏ ਤੁਹਾਨੂੰ ਇੱਕ ਰੈਮਡੀ ਦਿੱਤੀ ਜਾਵੇ ਸੋ ਇਸ ਦੇ ਉੱਤੇ ਜੇ ਤੁਸੀਂ ਕੁੜੀ ਨੂੰ ਇਹ ਆਫਰ ਕਰਦੇ ਹੋ ਕਿ ਤੁਸੀਂ ਉਹਨਾਂ 'ਤੇ ਪੈਸਾ ਲਾਓਗੇ ਸ਼ਰਤ ਇਹ ਹੈ ਕਿ ਉਹ ਤੁਹਾਨੂੰ ਨਾਲ ਲੈ ਕੇ ਜਾਵੇ ਇਹਦੇ ਵਿੱਚ ਪਹਿਲੀ ਮਿਸਟੇਕ ਹੈ ਜੀ ਤੁਹਾਡੀ ਇਹ ਚੀਜ਼ ਤੁਸੀਂ ਗਲਤ ਤੋਂ ਪਹਿਲੀ ਚੀਜ਼ ਤੁਸੀਂ ਉਹਨਾਂ ਨੂੰ ਫਾਈਨੈਂਸ਼ਲੀ ਉਹਨਾਂ ਨੂੰ ਇੱਕ ਤੁਸੀਂ ਜ਼ਰੀਆ ਦੇ ਦਿੰਦੇ ਹੋ ਤੁਹਾਨੂੰ ਤੁਸੀਂ ਐਕਸਪਲੋਇਟ ਹੁੰਦਾ ਕਿਸੇ ਨੂੰ ਜ਼ਰੀਆ ਦੇ ਦਿੰਦੇ ਜਿਹੜੇ ਰਿਸ਼ਤੇ ਹੁੰਦੇ ਆ ਜੀ ਜਿਹੜੀ ਮੈਰਿਜ ਹੁੰਦੀ ਕਦੀ ਵੀ ਉਹ ਪੈਸੇ ਦੇ ਆਧਾਰ 'ਤੇ ਪਹਿਲਾਂ ਦਾਜ ਚੱਲਦਾ ਹੁੰਦਾ ਸੀਗਾ ਇੰਡੀਆ ਦੇ ਵਿੱਚ ਡੌਰੀ ਸਿਸਟਮ ਉੱਥੋਂ ਜੇ ਉੱਠੇ ਹਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਡੌਰੀ ਨਹੀਂ ਹੁੰਦੀ ਬਟ ਦਾਜ ਦੇ ਰੂਪ ਦੇ ਵਿੱਚ ਤੁਹਾਨੂੰ ਕੋਲ ਆਇਆ 6 ਬੈਂਡ ਮੰਗੇ ਜਾਂਦੇ ਨੇ ਦਾਜ ਦੇ ਰੂਪ ਪਹਿਲਾਂ ਕੀ ਹੁੰਦਾ ਸੀਗਾ ਕੁੜੀ ਵਾਲੇ ਦਾਜ ਦਿੰਦੇ ਸੀਗੇ ਹੁਣ ਕੀ ਹੁੰਦਾ ਹੁਣ ਮੁੰਡੇ ਵਾਲੇ ਦਾਜ ਦਿੰਦੇ ਆ ਪੈਸਾ ਲਾਉਂਦੇ ਆ ਕੁੜੀ ਦੇ ਉੱਤੇ ਬਟ ਇਹ ਪਹਿਲਾਂ ਵੀ ਗਲਤ ਸੀਗਾ ਹੁਣ ਵੀ ਗਲਤ ਇਮੀਗ੍ਰੇਸ਼ਨ ਦੀ ਨਜ਼ਰ 'ਚ ਇਹ ਚੀਜ਼ ਹਮੇਸ਼ਾ ਗਲਤ ਹੈ ਜੇ ਉਹਨਾਂ ਨੂੰ 1% ਵੀ ਪਤਾ ਲੱਗ ਜੇ ਕਿ ਤੁਸੀਂ ਇਸ ਚੀਜ਼ ਦੇ ਸੈਟਲਮੈਂਟ ਨਾਲ ਕਰਕੇ ਸਾਰਾ ਕੁਝ ਕੈਨੇਡਾ ਆਉਣ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਕਦੀ ਵੀ ਵੀਜ਼ਾ ਨਹੀਂ ਮਿਲ ਸਕਦਾ ਐਂਡ ਸੈਕਿੰਡ ਚੀਜ਼ ਜਦੋਂ ਵੀ ਫਾਈਨੈਂਸ਼ੀਅਲੀ ਪ੍ਰੈਕਟੀਕਲੀ ਐਂਡ ਪੋਲੀਟੀਕਲੀ ਰੀਜ਼ਨਸ ਕਰਕੇ ਤੁਸੀਂ ਮੈਰਿਜ ਕਰਦੇ ਹੋ ਆਪਣੇ ਫਾਇਦੇ ਲਈ ਉਹ ਇਮੀਗ੍ਰੇਸ਼ਨ ਦੀਆਂ ਨਜ਼ਰਾਂ ਦੇ ਵਿੱਚ ਮੈਰਿਜ ਆਫ ਕਨਵੀਨੀਅੰਸ ਬਣ ਜਾਂਦੀ ਹੈ ਅਤੇ ਉਹ ਗਲਤ ਹੈ ਉਹ ਜੇ ਤੁਸੀਂ ਕੀਤੀ ਆ ਫਸਟ ਆਫ ਆਲ ਤੁਸੀਂ ਗਲਤ ਹੋ ਸੈਕਿੰਡ ਥਿੰਗ ਜੇ ਤੁਸੀਂ ਮੈਰਿਜ ਸਹੀ ਤਰੀਕੇ ਨਾਲ ਕੀਤੀ ਸੀਗੀ ਸਾਰਾ ਕੁਝ ਅੱਛਾ ਸੀਗਾ ਤੁਸੀਂ ਮੈਰਿਜ ਸਿਰਫ ਮੈਰਿਜ ਨੂੰ ਮੈਰਿਜ ਦੀ ਤਰ੍ਹਾਂ ਲਿਆ ਇਹ ਜਿਹੜੀ ਮੈਰਿਜ ਸੀਗੀ ਕਿਸੇ ਇਸ ਰੀਜ਼ਨ ਕਰਕੇ ਨਹੀਂ ਸੀ ਹੋਈ ਕਿ ਤੁਹਾਡੇ 'ਤੇ ਪੈਸੇ ਲਗਾਏ ਜਾਣਗੇ ਤੁਹਾਡੇ 'ਤੇ ਅਸੀਂ ਖਰਚਾ ਕਰਕੇ ਸਿਰਫ ਆਪਣਾ ਮੁੰਡਾ ਬਾਹਰ ਕੱਢਣਾ ਕੈਨੇਡਾ ਕੱਢਣਾ ਇਸ ਕਰਕੇ ਮੈਰਿਜ ਨਹੀਂ ਹੋਈ ਸਾਰੇ ਰਿਸ਼ਤੇਦਾਰ ਇਨਵੋਲਵ ਸੀਗੇ ਵਿੱਚ ਜਾਂ ਲਵ ਮੈਰਿਜ ਸੀਗੀ ਇੰਡੀਆ ਤੋਂ ਅਤੇ ਮੈਰਿਜ ਜਿਹੜੀ ਪ੍ਰੋਪਰ ਹੋਈ ਆ
गुरुद्वारा साहब या मंदिर या मस्जिद जिथे भी हुई है प्रॉपरली होके फिर तुम की किया कि फिर तुम एक चंगे भविख वास्ते अपना जिहड़ा स्पाउस नूं कैनेडा भेजा वा डजंट मैटर कि पैसा जिहड़े मुंडे ने लाए अपने कोल लाए या पेरेंट्स ने लगाए या कुड़ी वाले ने लाए वो चीज मैटर नहीं करती स्पाउस इत्थे आ गया तुहाडा बट जे एक बार इत्थे आ के वो चेंज हो जाता चेंज होने का मतलब वो कहता है कि नहीं एक भी जिहड़ा भी बंदा स्टडी वीजा ते इत्थे आउंदा है या वर्क परमिट ते आउंदा है एक चीज का जरूर ध्यान रखो वो कभी भी लाइबल नहीं है तुम स्पॉन्सर करने लिए कभी भी वो रिस्पोंसिबिलिटी नहीं बनती ना ही तुम उन्होंने जो इंडिया चो तुम उन्होंने फोर्स कर सकते हो कि वह सदे ही सदे इमीग्रेशन वालों फस्ट प्रायोरिटी उस बंदे की है जी कैनेडा जिहड़ा कैनेडा दे विच ऑलरेडी आ गया है फस्ट प्रायोरिटी बनती उस बंदे की जो वह बंदा कहता है कि मैं स्पॉन्सर करना फिर वो स्पॉन्सर कर सकता उस भी स्पाउस ओपन वर्क परमिट के लिए आज की डेट के बहुत सारिया रिफ्यूजल आ रही हैं इसे कारण करके क्योंकि मैरिज जेन्युइन होंगी मैरिज के पैसा इनवॉल्व होंगे सो ये दोवें पार्टीज गलत होंगे ने जो पैसा लेंदा है जो लाता दोवें पार्टियां गलत ने बट जो बंदा कैनेडा के आ गया उस को फिर भी ऑप्शन बड़े अवेलेबल होंगे ने उस को ऑप्शन जिहड़े जी उन्हों का लिस्ट बहुत ज्यादा वाइड होगी पर जो बंदा इंडिया स्टक है जी जो बंदा इंडिया के सोच रहा मैं कैनेडा जाऊँगा मैं पैसे कमाऊंगा मैं वर्क परमिट पर जाऊँगा वो बंदे की मैंटल स्टेट बहुत डिस्टर्ब हो जाती है वो बंदा मैंटली बहुत हिल जाता है वो बंदा डिप्रैशन का शिकार भी हो सकता तो वह बंदा होर कोई डेंजरस स्टैप अगे भी तुम्हें देखा होगा बहुत सारे केसिज है जिदे मुंडे वालों खुदकुशियां भी कीतियां गई कि वो स्पाउस ने कैनेडा या होर किसी कंट्री के जाके नहीं बुलाया सो पहली गल तुसी मैरिज जिहड़ी कभी भी इस चीज कैनेडा आयल्स स्टडी वीजा वर्क परमिट के बेस से नहीं करनी मैरिज मैरिज की तरह करो जेन्युइनली करो परिवार देख के करो जो तुम अरेंज मैरिज कर रहे हो नहीं तो जो लव मैरिज कर रहे हो लव मैरिज के बेस तुम अपने जो भी परसनल एक्सपीरियंस है जो भी परसनल चॉइसिज है वो तुम मेड करनी है वो आपका डिसीजन है जी नैक्सट थिंग जे तुहाडा स्पाउस इत्थे आके कैनेडा दे विच तुहानूं नहीं सद रिहा जां उहने उत्थे होर गल्लां कीतीआं तुहाडे कोल सारे प्रूफ है तुहाडा विआह होइआ प्रॉपरली गुरुद्वारा साहब दे विच रिश्तेदार मौजूद सीगे चैट्स तुहाडे कोल हैगीआं ने तुहाडे कोल फोन कॉल्स मौजूद ने तां तुसीं की कर सकदे हो इह मैं तुहानूं दसदा एक नंबर दिंदा जी नंबर तुसीं नोट कर लो नंबर हैगा जी +1 888 502 9060 मैं इत्थे फिर रिपीट करदा +1 888 502 9060 +1 888 502 9060 गूगल करना है नंबर जी ये नंबर हैगा CBSA कनेडियन बॉर्डर सर्विसेज एजेंसी का नंबर है तुसी इन्हां इंडिया तो जे कैनेडा हो कैनेडा तो कॉल करके अपनी सारी सिचुएशन दस के इन्हां विद प्रूफ अपनी सारी सबमिशन दे सकते हो ये दस सकते हो तुहाडे नाल की होया जे तुहाडा केस जेन्युइन सीगा मैरिज जेन्युइन सीगी सारा कुछ ओके सीगा फिर भी तुहानूं इधर आण के तुहाडे उन्हें नहीं बुलाया तो वह या तुहाडे को डिवोर्स ले बिना जिहड़ा स्पाउस आ वह किसी होर नाल रह रहा तो तुहानूं उस चीज़ के विच सफर करना पै रहा तो तुम इस नंबर पर फोन करके वह सारा स्कैम जिहड़ा जी वो रिपोर्ट कर सकते हो उहदे विच तुसीं जिहड़ा कंसर्न पार्टी आ ये चीज़ बहुत इंपॉर्टेंट है एक चीज़ अपने दिमाग के पालो जिन्ना ना भी फ्रॉड होया कैनेडा कैनेडा के नाम के उत्ते CBSA में रिपोर्ट करनी है जे तुम पंजाब के वसनीक हो तो FIR फस्ट इनफॉर्मेशन रिपोर्ट जी अपने जिले के या अपने पिंड के थाने के जिले के पुलिस स्टेशन के जिथे भी तुम नेड़ला पुलिस स्टेशन पैदा जिथे FIR होंगी उ जाके ਤੁਸੀਂ ਸਾਰੇ ਜਿਹੜੇ ਬੰਦੇ ਇਨਵੋਲਡ ਉਹਨਾਂ ਦੇ ਖਿਲਾਫ ਤੁਸੀਂ FIR ਦੇ ਸਕਦੇ ਹੋ FIR ID ਦੇ ਦੇ ਵਿੱਚ ਆਨਲਾਈਨ ਸਾਰਾ ਕੁਝ ਸਿਸਟਮ ਹੁੰਦਾ ਹੈ ਉਹਦਾ ਦੈਨ ਉਹਦੀ ਪ੍ਰੋਪਰ ਇੱਕ ਸਬਮਿਸ਼ਨ ਬਣਾ ਕੇ ਜੇ ਤੁਸੀਂ ਕੈਨੇਡਾ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤੁਸੀਂ ਕੈਨੇਡਾ ਦੇ ਵਿੱਚੋਂ ਵੀ ਬਣਵਾ ਸਕਦੇ ਹੋ ਡਿਫਰੈਂਟ ਡਿਫਰੈਂਟ ਇਮੀਗ੍ਰੇਸ਼ਨ ਕੰਸਲਟੈਂਟਸ ਬਹੁਤ ਵਧੀਆ ਇਸ ਫੀਲਡ ਦੇ ਵਿੱਚ ਇਮੀਗ੍ਰੇਸ਼ਨ ਲਾਇਰਸ ਬੜੇ ਵਧੀਆ ਨੇ ਇੰਡੀਆ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਨ ਵਾਲੇ ਬੰਦੇ ਵੀ ਹੈਗੇ ਆ ਜੀ ਉਹ ਏਜੰਟਸ ਕੋਲ ਨਹੀਂ ਜਾਣਾ ਜੀ ਜਿਨ੍ਹਾਂ ਨੇ ਜਾ ਕੇ ਤੁਹਾਨੂੰ ਜਿਨ੍ਹਾਂ ਨੂੰ ਆਪ ਨਹੀਂ ਕੋਈ ਫਾਈਲ ਆਉਂਦਾ ਪਤਾ ਉਹਨਾਂ ਕੋਲ ਨਾ ਜਾਇਓ ਉਹਨਾਂ ਨੇ ਤੁਹਾਡਾ ਕੇਸ ਹੋਰ ਖਰਾਬ ਕਰਨਾ ਕੋਈ ਵਧੀਆ ਇਮੀਗ੍ਰੇਸ਼ਨ ਲਾਇਰ ਵਧੀਆ ਇਮੀਗ੍ਰੇਸ਼ਨ ਕੰਸਲਟੈਂਟ ਸਰਟੀਫਾਈਡ ਰਜਿਸਟਰਡ ਜਿਹੜਾ ਹੋਵੇ ਬੰਦਾ ਉਹਨੂੰ ਉਹਦੇ ਕੋਲ ਤੁਸੀਂ ਹਮੇਸ਼ਾ ਸਲਾਹ ਲੈਣੀ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਕੋਲ ਸਲਾਹ ਲਓ ਕੁਝ ਇਹ ਵਾਲੀ ਵੀਡੀਓ ਕੋਈ ਪ੍ਰਮੋਸ਼ਨਲ ਵੀਡੀਓ ਨਹੀਂ ਹੈ ਜੀ ਇਹ ਵਾਲੀ ਵੀਡੀਓ ਕੋਈ ਇਹੋ ਜਿਹੀ ਵੀਡੀਓ ਨਹੀਂ ਹੈ ਜਿਹਦੇ ਵਿੱਚ ਅਸੀਂ ਆਪਣਾ ਪ੍ਰੋਡਕਟ ਪ੍ਰਮੋਟ ਕਰ ਰਹੇ ਹਾਂ ਜਾਂ ਕੁਝ ਇਹਦੇ ਵਿੱਚ ਸਿਰਫ ਤੁਹਾਡੇ ਫਾਇਦੇ ਦੀ ਗੱਲ ਹੈ ਜਿਹੜਾ ਵੀ ਤੁਹਾਨੂੰ ਇਨਵੀਟੇਸ਼ਨ ਵਾਲਾ ਕੋਈ ਤੁਹਾਡਾ ਰਿਲੇਟਿਵ ਹੋ ਸਕਦਾ ਤੁਹਾਡੇ ਫਰੈਂਡ ਕੈਨੇਡਾ ਦੇ ਵਿੱਚ ਹੋ ਸਕਦੇ ਨੇ
ਉਹ ਜੇ ਇਸ ਚੀਜ਼ ਦੀ ਨੌਲੇਜ ਰੱਖਦੇ ਨੇ ਇਹ ਵਾਲਾ ਨੰਬਰ ਫਸਟ ਇਨਫੋਰਮੇਸ਼ਨ ਰਿਪੋਰਟ FIR ਦੀ ਕਾਪੀ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਇਨਵੋਲਵ ਨੇ ਉਹਨਾਂ ਦੀਆਂ IDs ਆਧਾਰ ਕਾਰਡ ਪਾਸਪੋਰਟ ਲਾ ਕੇ ਤੁਸੀਂ ਇਮੀਗ੍ਰੇਸ਼ਨ ਨੂੰ ਰਿਪੋਰਟ ਕਰੋਗੇ ਇਮੀਗ੍ਰੇਸ਼ਨ ਵਾਲੇ ਉਸ 'ਤੇ ਸਖ਼ਤ ਐਕਸ਼ਨ ਲੈਣਗੇ ਮੇਕ ਸ਼ੋਰ ਤੁਸੀਂ ਜਿਹੜਾ ਰਿਪੋਰਟ ਹੈ CBSA ਨੂੰ ਕਰਨੀ ਹੈ ਮੇਕ ਸ਼ੋਰ ਦਿੱਲੀ ਇਮੀਗ੍ਰੇਸ਼ਨ ਨੂੰ ਤੁਸੀਂ ਕਾਲ ਕਰਕੇ ਚੀਜ਼ ਜਿਹੜੀ ਹੈ ਜੀ ਉਹ ਸਾਰੀ ਦਿੱਲੀ ਇਮੀਗ੍ਰੇਸ਼ਨ ਚੰਡੀਗੜ੍ਹ ਇਮੀਗ੍ਰੇਸ਼ਨ ਜਿਹੜੀ ਵੀ ਅੰਬੈਸੀਜ਼ ਹੈਗੀਆਂ ਕੰਸਰਨਡ ਉਹਨਾਂ ਨੂੰ ਤੁਸੀਂ ਫੋਨ ਕਰਕੇ ਸਾਰੀ ਸਿਚੁਏਸ਼ਨ ਦਿਓ PCC ਇਹ ਗੱਲ ਸਾਰੇ ਉਹ ਬੰਦੇ ਸੁਣ ਲੈਣ ਕੁੜੀਆਂ ਜਾਂ ਮੁੰਡੇ ਆ ਤੁਹਾਡੀ ਇੱਕ ਵਾਰ FIR ਪੈ ਗਈ ਤੁਹਾਡੀ ਇੱਕ ਵਾਰੀ ਤੁਹਾਡੇ ਨਾਂ ਦੇ ਉੱਤੇ ਇੰਡੀਆ ਦੇ ਵਿੱਚ ਧੋਖਾਧੜੀ 420 ਦਾ ਮਾਮਲਾ ਜਿਹੜਾ ਦਰਜ ਹੋਇਆ ਜੇ ਇੱਕ ਵਾਰੀ ਤੁਸੀਂ ਐਪਲੀਕੇਸ਼ਨ ਕਰ ਲਈ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ ਵਿਦਆਊਟ PCC ਸਟੱਡੀ ਪਰਮਿਟ ਦੀ ਤੁਸੀਂ ਵਿਦਆਊਟ ਐਪਲੀਕੇਸ਼ਨ ਕਰ ਸਕਦੇ ਹੋ ਵਰਕ ਪਰਮਿਟ ਦੀ ਬਟ ਜਦੋਂ ਪਰਮਨੈਂਟ ਰੈਜੀਡੈਂਸੀ ਦੀ ਗੱਲ ਆ ਜਾਂਦੀ ਹੈ ਸਪਾਂਸਰ ਸਪੋਂਸਰਸ਼ਿਪ ਹੋ ਜੇ ਚਾਹੇ ਤੁਸੀਂ ਉਸ ਵੀ ਨਾ ਪੱਕੇ ਹੋ ਰਹੇ ਹੋ ਚਾਹੇ ਤੁਸੀਂ ਪੱਕੇ ਹੋ ਰਹੇ ਹੋ ਐਕਸਪ੍ਰੈਸ ਐਂਟਰੀ PR ਬੇਸਿਸ ਦੇ ਉੱਤੇ ਚਾਹੇ PNP ਦੇ ਬੇਸ ਦੇ ਉੱਤੇ ਚਾਹੇ AIPP ਦੇ ਬੇਸ ਦੇ ਉੱਤੇ RNP ਦੇ ਬੇਸ ਦੇ ਉੱਤੇ ਜਿਹੜੀ ਮਰਜ਼ੀ ਬੇਸ ਤੇ ਹੋ ਰਹੇ ਹੋ ਉਹਦੇ ਵਿੱਚ ਪੁਲਿਸ ਕਲੀਅਰੈਂਸ ਜਿਹੜੀ ਇੰਡੀਆ ਦੀ ਉਹ ਲੱਗਣੀ ਹੀ ਲੱਗਣੀ ਆ ਤੇ ਜਦੋਂ ਤੁਸੀਂ PCC ਇੱਕ ਹੋਰ ਗੱਲ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਜਿਹੜੀ PCC ਉਹ BLS ਐਂਡ ਟੋਰਾਂਟੋ ਕੌਂਸਲੇਟ ਜਾਂ ਜਿਹੜੇ ਵੀ ਕੰਸਰਨ ਕੌਂਸਲੇਟ ਕੈਨੇਡਾ ਦੇ ਵਿੱਚ ਅਵੇਲੇਬਲ ਉੱਥੋਂ ਹੀ ਅਪਲਾਈ ਹੁੰਦੀ ਹੈ ਉੱਥੋਂ ਆਨਲਾਈਨ ਅਪਲਾਈ ਹੋ ਕੇ ਦੈਨ ਉਹ ਅੱਗੇ ਜਾ ਕੇ ਇੰਸਟਰਕਸ਼ਨਸ ਦਿੰਦੇ ਨੇ ਥਾਣੇ ਨੂੰ ਜਿਹੜੇ ਕੰਸਰਨ ਜਿਹੜੇ ਪੁਲਿਸ ਸਟੇਸ਼ਨਸ ਹੁੰਦੇ ਨੇ ਉੱਥੇ ਉਹਨਾਂ ਨੂੰ ਇੰਸਟਰਕਸ਼ਨਸ ਦਿੰਦੇ ਨੇ ਉਹ ਜਾ ਕੇ ਸਾਰੀ ਜਿਹੜੀ ਚੈਕਿੰਗ ਕਰਦੇ ਆ ਉਹ ਚੈਕਿੰਗ ਦੇ ਵਿੱਚ ਜੇ ਉਹਨਾਂ ਨੂੰ ਪਤਾ ਲੱਗ ਜੇ ਕਿ ਇਹ ਚੀਜ਼ ਇਹਨਾਂ ਨੇ 420 ਦਾ ਜਿਹੜਾ ਫਰਾਡ ਕੀਤਾ ਉਹ ਨੈਗੇਟਿਵ ਰਿਪੋਰਟ ਭੇਜਣਗੇ ਤੁਹਾਡੀ ਕਦੀ ਵੀ ਜਿਹੜੀ ਆ ਜੀ PR ਨਹੀਂ ਹੋ ਸਕਦੀ ਕ੍ਰਿਮੀਨਲ ਗਰਾਊਂਡਸ ਦੇ ਉੱਤੇ ਤੁਸੀਂ ਫਸੋਗੇ ਸੋ ਇਹਦੇ ਨਾਲ ਚੰਗਾ ਇਹ ਆ ਵਨ ਮੋਰ ਥਿੰਗ ਜੇ ਤੁਹਾਡਾ ਸਪਾਊ ਸਟੱਡੀ ਵੀਜ਼ਾ ਤੇ ਉਹਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਕਰਨੀ ਆ ਜੇ ਤੁਸੀਂ CBSA ਨੂੰ ਇਨਫੋਰਮ ਕਰ ਦਿੰਦੇ ਹੋ ਉਹਨਾਂ ਦੇ ਰੈਕਡ 'ਚ ਚੱਲ ਜਾਂਦੀ ਹੋ PG ਵਰਕ ਪਰਮਿਟ ਵੀ ਨਹੀਂ ਲੈ ਸਕਦਾ ਬੰਦਾ ਉਹ ਅੱਗੇ ਹੋਰ ਕੋਈ ਵਰਕ ਪਰਮਿਟ ਸਪਾਊਸ ਲੋਕਾਂ ਵਰਕ ਪਰਮਿਟ ਕੋਈ ਵੀ ਚੀਜ਼ ਇਦਾਂ ਦੀ ਨਹੀਂ ਲੈ ਸਕਦਾ ਬਟ ਇਹ ਇੱਕ ਸਾਈਡ ਹੈ ਜੀ ਇਹ ਉਹਨਾਂ ਲਈ ਹੈ ਜਿਨ੍ਹਾਂ ਲਈ ਐਕਚੁਅਲ ਜਿਨ੍ਹਾਂ ਦਾ ਐਕਚੁਅਲ 'ਚ ਫਰਾਡ ਹੋਇਆ ਸੈਕਿੰਡ ਥਿੰਗ ਜਿਹੜੇ ਮੇਰੀਆਂ ਭੈਣਾਂ ਮਾਈ ਸਿਸਟਰਸ ਜਿਹੜੇ ਮੇਰੇ ਭਰਾ ਮੇਰੇ ਵੀਰ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਨਾਲ ਇੰਡੀਆ ਤੋਂ ਇਹ ਧੱਕਾ ਹੋ ਰਿਹਾ ਕੋਈ ਬੰਦਾ ਇੰਡੀਆ ਦੇ ਵਿੱਚ ਉਹਨਾਂ ਨੂੰ ਧੱਕੇ ਕਰ ਉਹਨਾਂ ਨੂੰ ਧੱਕੇ ਨਾਲ ਕੈਨੇਡਾ ਭੇਜਿਆ ਗਿਆ ਉਹਨਾਂ ਦੇ ਪੈਸਾ ਲਾਇਆ ਗਿਆ ਵਟ ਐਵਰ ਜੋ ਵੀ ਚੀਜ਼ ਹੈ ਜੀ ਜੇ ਉਹਨਾਂ ਦੇ ਨਾਲ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੂੰ ਲੱਗਦਾ ਕੋਈ ਇੰਡੀਆ ਤੋਂ ਉਹਨਾਂ ਨੂੰ ਮੈਂਟਲੀ ਡਿਸਟਰਬ ਕਰ ਰਿਹਾ ਉਹਨਾਂ ਦੇ ਬਿੱਲ ਦੇ ਖਿਲਾਫ ਸਾਰਾ ਕੁਝ ਹੋ ਰਿਹਾ ਉਹ ਰਿਸ਼ਤੇ ਨਾਲ ਨਾ ਕੁਛ ਨਹੀਂ ਤਾਂ ਤੁਸੀਂ ਕੀ ਕਰਨਾ ਤੁਹਾਡੇ ਵਾਸਤੇ ਵੀ ਰੈਮਡੀ ਅਵੇਲੇਬਲ ਹੈ ਇਹ ਇੱਕ ਚੀਜ਼ ਉਹਨਾਂ ਲਈ ਜਿਨ੍ਹਾਂ ਲਈ ਫਰਾਡ ਹੋਇਆ ਸੈਕਿੰਡ ਚੀਜ਼ ਮੈਂ ਇਹ ਆਪਸ਼ਨ ਤੁਹਾਨੂੰ ਦੇ ਰਿਹਾ ਜੀ ਜੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਨਹੀਂ ਕੁਛ ਤਾਂ ਤੁਸੀਂ ਕੀ ਕਰੋ ਤਾਂ ਤੁਸੀਂ ਇੱਕ ਇਮੀਗ੍ਰੇਸ਼ਨ ਲਾਇਰ ਜਾਂ ਫੈਮਿਲੀ ਲਾਇਰ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਜਾਂ ਤੁਹਾਡਾ ਕੋਈ ਇੰਡੀਆ ਦੇ ਵਿੱਚ ਜਾਣਕਾਰ ਹੈ ਉਹਨੂੰ ਪੁੱਛੋ ਤੁਸੀਂ ਜੇ ਸਾਲ 6 ਮਹੀਨੇ ਸਾਲ ਲੀਗਲੀ ਸੈਪਰੇਟਡ ਰਹਿੰਦੇ ਹੋ ਤਾਂ ਤੁਸੀਂ ਲੀਗਲੀ ਡਿਵੋਰਸ ਅਵੇਲੇਬਲ ਜਿਹੜਾ ਡਿਵੋਰਸ ਅਪਲਾਈ ਕਰ ਸਕਦੇ ਹੋ ਡਿਵੋਰਸ ਅਪਲਾਈ ਕਰੋ ਜੇ ਤੁਸੀਂ ਨਹੀਂ ਉਸ ਬੰਦੇ ਨਾਲ ਕੁਛ ਤਾਂ ਤੁਸੀਂ ਜੇ ਇਮੀਗ੍ਰੇਸ਼ਨ ਨੂੰ ਪਹਿਲਾਂ ਹੀ ਦੱਸ ਦਿਓ ਜੇ ਤੁਸੀਂ ਕੈਨੇਡਾ ਦੇ ਵਿੱਚ ਆਏ ਹੋ ਤੁਸੀਂ ਉਸ ਚੀਜ਼ ਤੋਂ ਨਹੀਂ ਕੁਛ ਸੀਗੇ ਤਾਂ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਮੀਗ੍ਰੇਸ਼ਨ ਨੂੰ ਵੀ ਆਪਣਾ ਜਿਹੜਾ ਡਿਵੋਰਸ ਉਹਨੂੰ ਫਾਈਲ ਕਰੋ ਉਸ ਚੀਜ਼ ਨੂੰ ਦੈਨ ਤੁਸੀਂ ਇਮੀਗ੍ਰੇਸ਼ਨ ਨੂੰ ਦੱਸੋ ਕਿ ਮੈਂ ਡਿਵੋਰਸ ਫਾਈਲ ਕਰ ਲਿਆ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਚਾਹੁੰਦਾ ਜਾਂ ਚਾਹੁੰਦੀ ਉਸ ਤੋਂ ਬਾਅਦ ਤੁਸੀਂ ਕੀ ਆ ਕਿ ਉਸ ਤੋਂ ਬਾਅਦ ਤੁਸੀਂ ਸਾਰਾ ਕੁਝ ਜਿਹੜਾ ਜੀ ਇਮੀਗ੍ਰੇਸ਼ਨ ਨੂੰ ਦੱਸ ਕੇ ਤੁਸੀਂ ਆਪਣੀ ਸਿਚੁਏਸ਼ਨ ਕਲੀਅਰ ਕਰ ਲਈ ਫਿਰ ਤੁਹਾਨੂੰ ਕੁਛ ਨਹੀਂ ਹੋ ਸਕਦਾ ਫਿਰ ਤੁਸੀਂ ਜਿਹੜੀ PCC ਆ ਜੇ ਤੁਸੀਂ ਇਹ ਪਹਿਲਾਂ ਮੈਂਸ਼ਨ ਕਰ ਦਿਓ ਕਿ ਹੁਣ ਆਹ ਚੀਜ਼ ਕਰਵਾ ਸਕਦੇ ਮੈਂ ਡਿਵੋਰਸ ਫਾਈਲ ਕੀਤਾ ਉਹਦੇ ਗਰਾਊਂਡਸ ਹੋਣੇ ਚਾਹੀਦੇ ਆ ਜੇ FIR ਇੰਡੀਆ ਦੇ ਵਿੱਚ ਕਰਾਉਣੀ ਬਹੁਤ ਸਟਰੋਂਗ ਗਰਾਊਂਡ ਜਿੰਨਾ ਐਕਚੁਅਲ 'ਚ ਫਰਾਡ ਹੋਇਆ ਵਾ ਜੇ ਤੁਸੀਂ ਵੀ ਫਰਾਡ ਤੁਸੀਂ ਇੰਡੀਆ ਕੈਨੇਡਾ ਦੇ ਵਿੱਚ ਮੈਰਿਜ ਕਰਵਾਈ ਇਸ ਲਈ ਤੁਸੀਂ ਕੈਨੇਡਾ ਹੀ ਆਉਣਾ ਸੀਗਾ ਫਿਰ ਤੁਸੀਂ ਵੀ ਉਨੇ ਹੀ ਲਾਇਬਲ ਆ ਤੇ ਫਿਰ ਪੁਲਿਸ ਵੀ ਉੱਥੇ ਐਕਸ਼ਨ ਨਹੀਂ ਲੈਗੀ ਜੇ ਤੁਹਾਡੀ ਚੀਜ਼ ਜੈਨੂਨ ਨਹੀਂ ਹੈਗੀ ਬਟ ਜੇ ਤੁਹਾਡੀ ਚੀਜ਼ ਜੈਨੂਨ ਆ ਤਾਂ ਇਸ ਚੀਜ਼ ਤੇ ਐਕਸ਼ਨ ਪੁਲਿਸ ਲਏਗੀ ਤੇ ਜਿਹੜੇ ਐਪਲੀਕੈਂਟਸ ਕੈਨੇਡਾ ਦੇ ਵਿੱਚ ਪਹੁੰਚਗੇ ਉਹਨਾਂ ਨੇ ਨਹੀਂ ਰਹਿਣਾ ਕਿ ਉੱਥੇ ਉਹਨਾਂ ਨਾਲ ਪਰਟੀਕੂਲਰਲੀ ਤੁਸੀਂ ਡਿਵੋਰਸ ਫਾਈਲ ਕਰਕੇ ਫਿਰ ਆਪਣੀ ਅਗਲਾ ਜਿਹੜਾ ਸਟੈਪ ਜੇ ਤੁਹਾਡਾ ਕੋਈ ਇੱਥੇ ਤੁਹਾਨੂੰ ਯੂ ਨੋ ਚੋਇਸ ਜਿਹੜੀ ਲਾਈਫ ਦੇ ਵਿੱਚ ਉਹ ਕੈਨੇਡਾ ਹੋ ਗਿਆ ਇੰਡੀਆ ਦੇ ਹਰ ਇੱਕ ਕੋਲ ਆਪਣੀ ਜ਼ਿੰਦਗੀ ਜੀਣ ਦੀ ਚੋਇਸ ਹੈਗੀ ਹੈ ਜੀ ਇਹ ਤੁਸੀਂ ਇੰਡੀਆ ਤੋਂ ਬੜੇ ਫੋਨ ਆਉਂਦੇ ਆ ਜੀ ਹਾਂਜੀ ਉਹ ਫਲਾਣੇ ਕੁੜੀ ਨੇ ਇੱਦਾਂ ਕਰਤਾ ਫਲਾਣੇ ਮੁੰਡੇ ਨੇ ਇੱਦਾਂ ਕਰਤਾ ਉਹ ਤੁਸੀਂ ਕਿਸੇ ਦੀ ਲਾਈਫ ਨੂੰ ਰੂਲ ਨਹੀਂ ਕਰ ਸਕਦੇ ਸਪੈਸ਼ਲੀ ਕੈਨੇਡਾ ਦੇ ਵਿੱਚ ਭਾਵੇਂ ਤੁਸੀਂ ਇੱਥੋਂ ਦੇ ਸਿਟੀਜ਼ਨ ਵੀ ਹੋ ਜਾਓ ਜੇ ਤੁਸੀਂ ਇੱਕ ਬੰਦੇ ਨਾਲ ਨਹੀਂ ਖੁਸ਼ ਤਾਂ ਨਹੀਂ ਖੁਸ਼ ਤੁਸੀਂ ਉਸਦੇ ਨਾਲ ਨਹੀਂ ਰਹਿਣਾ ਇਟਸ ਯੂਅਰ ਚੋਇਸ ਤੁਸੀਂ ਉਹਨਾਂ ਸੈਪਰੇਟਡ ਹੋ ਸਕਦੇ ਹੋ ਤੁਸੀਂ ਤੂੰ ਆਪਣੇ ਰਾਹ ਖੁਸ਼ ਮੈਂ ਆਪਣੇ ਰਾਹ ਖੁਸ਼ ਇਹ ਸਿੰਪਲ ਸਾਈਕੋਲੋਜੀ ਆ ਰਾਈਟ
इस तो जरा भज नहीं सकते चीज तो। इस कल परसों मैं फोन आ रहे थे जी रूल बहुत माड़े आ जी, इस तरह साढ़े ना कर गई आते असं की करिए। पर ये मित्रा तुम भी उन्ना ही भागीदार हो, तुम उन्ने ही वो चीज़ के इनवॉल्व हो जिन्ना वो कुड़ी या जिन्ना मुंडा वा, क्योंकि तुम भी विह इसलिए किया कैनेडा आना, तुम विह इसलिए नहीं किया कि इस किसी किसी सिचुएशन दस दें। कई यहोजे भी फोन आते जो बेचारे ने सब कुछ लीगल किया, जिन्होंने सारा कुछ फैमिली नाल किया सारा कुछ, 5-7 महीने साल 2 साल 4 साल तक कट्ठे रहे, फिर उन्होंने बस सोचा कि चलो कैनेडा का अपलाई कर लेने, कैनेडा का अपलाई कर लिया, उस तो बाद ये चीज़ा हो रही ने, वो चीज़ गलत है जी। सो आई होप कि तुहानू ये सारी वीडियो के ओवरव्यू मिल गया होगा जी कि असी कहना चाहते हैं कि असी तुहाडी किस तरह हैल्प करना चाहते हैं इस चीज़ के। नंबर नोट कर लो जी CBSE का एक बार फिर, +1 888-502-9060 एंड ਤੁਸੀਂ ਜਿਹੜਾ CBSE ਨੂੰ ਦਿੱਲੀ ਇਮੀਗ੍ਰੇਸ਼ਨ ਨੂੰ ਚੰਡੀਗੜ੍ਹ ਇਮੀਗ੍ਰੇਸ਼ਨ ਨੂੰ ਉਹ ਤੁਸੀਂ ਇੰਡੀਆ ਦੇ ਵਿੱਚ ਐਂਡ ਪੁਲਿਸ ਦੀ ਜਿਹੜੀ FIR ਹੈ ਉਹਨਾਂ ਨੂੰ ਰਿਪੋਰਟ ਕਰਕੇ ਆਪਣਾ ਫਰੋਡ ਜਿਹੜਾ ਜੀ ਉਹ ਰਿਪੋਰਟ ਕਰ ਸਕਦੇ ਹੋ। ਰਹੀ ਗੱਲ ਕੈਨੇਡਾ ਵਾਲਿਆਂ ਦੀ ਜੀ, ਕੈਨੇਡਾ ਵਾਲੇ ਜਿਹੜੇ ਹੈਗੇ ਆ ਜੇ ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਨੂੰ ਮੈਂਟਲੀ ਟੋਰਚਰ ਹੋਇਆ ਸੀਗਾ ਉਹਨਾਂ ਨਾਲ, ਉਹ ਨਹੀਂ ਖੁਸ਼ ਕਿਸੇ ਨਾਲ, ਤੁਸੀਂ ਲੀਗਲੀ ਸੈਪਰੇਟਡ ਹੋ ਗਏ ਹੋ, ਇੱਥੇ ਆ ਗਏ ਹੋ, ਡਜ਼ਨਟ ਮੈਟਰ ਕਿ ਇੱਥੇ ਆਣ ਕੇ ਤੁਸੀਂ ਇਸ ਨੀਅਤ ਨਾਲ ਜੇ ਆਏ ਹੋ ਕਿ ਤੁਸੀਂ ਉਹਨਾਂ ਨਾਲ ਫਰੋਡ ਹੀ ਕਰਨਾ, ਦੈਨ ਯੂ ਆਰ ਰੋਂਗ। ਬਟ ਜੇ ਤੁਹਾਨੂੰ ਆਣ ਕੇ ਕੋਈ ਮੈਂਟਲੀ ਸਟ੍ਰੈਸ ਹੋ ਰਿਹਾ ਜਾਂ ਤੁਸੀਂ ਇੰਡੀਆ ਦੇ ਵਿੱਚ ਉਹਨਾਂ ਨਹੀਂ ਖੁਸ਼ ਸੀਗੇ, ਤੁਹਾਨੂੰ ਵੇ ਆਊਟ ਮਿਲ ਗਿਆ, ਤੁਸੀਂ ਉਹਦੇ ਪਰਟੀਕੁਲਰ ਰੀਜ਼ਨਸ ਤੁਹਾਡੇ ਕੋਲ ਬੇਸ ਬਹੁਤ ਸਟਰੋਂਗ ਹੈ, ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਮੀਗ੍ਰੇਸ਼ਨ ਨੂੰ, ਆਪਣੀ ਸਿਚੁਏਸ਼ਨ ਬਾਰੇ ਦੱਸੋ ਕਿ ਮੈਂ ਡਿਵੋਰਸ ਫਾਈਲ ਕਰ ਦਿੱਤਾ ਹੈ, ਸੋ ਆਈ ਡੋਂਟ ਵਾਂਟ ਟੂ ਬੀ ਵਿਦ ਦਿਸ ਪਰਸਨ। ਹੋਰ ਕਿਸੇ ਹੈਲਪ ਦੀ ਲੋੜ ਹੋਏਗੀ ਜੀ, ਤੁਹਾਨੂੰ ਸਾਡੀ ਇਮੀਗ੍ਰੇਸ਼ਨ ਹਮੇਸ਼ਾ ਤੁਹਾਡੀਆਂ ਸੇਵਾ ਦੇ ਵਿੱਚ ਹਾਜ਼ਰ ਹੈ ਜੀ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਆਪਣੇ ਕੁਐਸਚਨ ਜਿਹੜੇ ਹੋਰ ਤੁਹਾਡੇ ਕੋਲ ਕਿਸੇ ਵੀ ਪ੍ਰਕਾਰ ਦਾ ਕੁਐਸਚਨ ਹੈ ਉਹਨੂੰ ਤੁਸੀਂ ਕਮੈਂਟ ਸੈਕਸ਼ਨ 'ਚ ਜਿਹੜਾ ਕਮੈਂਟ ਕਰੋ, ਅਸੀਂ ਟਰਾਈ ਕਰਾਂਗੇ ਕਿ ਤੁਹਾਡੀ ਹੈਲਪ ਕੀਤੀ ਜਾਵੇ, ਅਸੀਂ ਟਰਾਈ ਕਰਾਂਗੇ ਉਹ ਕੁਐਸਚਨ ਦੀ ਵੀਡੀਓ ਬਣਾਈ ਜਾਵੇ ਜਾਂ ਕੁਐਸਚਨ ਦੇ ਵਿੱਚ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਉਹਦਾ ਆਨਸਰ ਦੇ ਦਿੱਤਾ ਜਾਵੇ। ਥੈਂਕ ਯੂ ਸੋ ਮਚ ਜੀ, ਹੈਵ ਅ ਨਾਈਸ ਡੇ, ਥੈਂਕ ਯੂ।